ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਕੀ ਹਾਲ ਚਾਲ ਹੈ ਜੀ। ਅਤੇ ਅੱਜ ਚੱਲੇ ਆਪਾਂ ਏਜੰਸੀ 'ਚ ਸਰਵਿਸ ਕਰਾ ਲਈ ਜੀ, ਇੱਕ ਇਹਦੀ ਕਲੱਚ ਵਾਲੀ ਸੀਲ ਲੀਕ ਤੀ, ਅਤੇ ਦੂਜੇ ਨੰਬਰ 'ਤੇ ਨਾ ਜਿਹੜੀ ਆਪਣੀ ਵੀਡੀਓ ਮੈਂ ਅਪਲੋਡ ਕਰ ਰਿਹਾ ਸੀ ਯਾਰ, ਉਹ ਹੋਈ ਨਹੀਂ ਹੈਗੀ, ਹੁਣ ਸ਼ਾਇਦ ਬੱਗ ਬੁੱਗ ਆ ਗਿਆ, ਹੁਣ ਇਹ ਪਤਾ ਨਹੀਂ ਹੈਗਾ ਕੀ ਆਇਆ ਕੀ ਨਾ, ਉਹ ਦੇਖਣਾ ਪਊਗਾ। ਅਤੇ ਚਲੋ ਇਹਨੇ ਚੱਲਦੇ ਆ ਰਸਤੇ 'ਚ ਦਿਖਾਉਣਾ ਤੁਹਾਨੂੰ। ਰਸਤੇ ਜਿਹਾ ਹੁਣ ਅਸੀਂ ਐਂ ਉਲਝ ਰਹੇ ਹਾਂ ਕਿ ਵੀ ਪਟਿਆਲੇ ਨੂੰ ਜਾਈਏ ਕਿ ਇੱਧਰੋਂ ਪਿੰਡੋ ਪਿੰਡ ਹੋ ਕੇ ਜਾਈਏ, ਉਹ ਤਾਂ ਵੈਸੇ ਪਿੰਡੋ ਪਿੰਡ ਨੇੜੇ, ਚਲੋ ਐਂ ਕਹਿੰਦੇ ਪਿੰਡ ਪਿੰਡ ਜਾਂਦੇ, ਮੁੜ ਕੇ ਹੋਏ ਪਟਿਆਲੇ ਨੂੰ ਆ ਜਾਣਗੇ। ਸ਼ੋਰਟਕੱਟ ਤਾਂ ਬੈਸਟ ਰਹੂਗਾ ਯਾਰ, ਜਾਂਦੇ ਹੋਏ ਵਗ ਜਾਂਗੇ, ਕਿਉਂਕਿ ਉੱਥੇ ਵੀ ਆਪਾਂ ਨੂੰ ਬਹੁਤ ਟਾਈਮ ਲੱਗ ਜਾਣਾ। ਅਤੇ ਚਲੋ ਆ ਗਿਆ ਪਿੰਡ ਤੋਂ, ਪਿੰਡ ਟੱਪਣ ਸਾਰੇ ਜਰਸੀ ਆ, ਉੱਥੇ ਪਹੁੰਚ ਕੇ ਪਹੁੰਚ ਮੇਰੇ ਨਾਲ ਮਾਰੀ ਸੱਟ। ਹੋਰ ਬਾਈ ਇਹ ਮੇਰੇ ਮਿੱਤਰੋ ਏਜੰਸੀ ਪਹੁੰਚ ਗਿਆ, ਉਹ ਇਹਦੀ ਵੀ ਮੇਰੇ ਵਾਲੇ ਦੀ ਵੀ ਘਰ ਯਾਰ ਲੋਟ ਖਲਾਲਾ। ਉੱਤੋਂ ਮੈਂ ਜੋ ਨਵੀਂ ਕਲੱਚ ਬਲੇ ਸੀਗਾ ਕਿ ਫੇਸ ਲਵਾ ਕੇ ਗਿਆ ਸੀ, ਪੂਰੀ ਅਸੈਂਬਲੀ ਉਹਦੀ ਪਵਾ ਕੇ ਗਿਆ। ਜਾਂ ਤੈਨੂੰ ਜਾਈ 25,000 ਰੁਪਇਆ ਲਾ ਲੈ, ਜਾਂ ਪੈਂਤ ਸਾਰੀ ਅਸੈਂਬਲੀ ਦਾ ਬਦਲਾਈ ਦੀ ਮੈਂ। ਅਤੇ ਮਿੱਤਰੋ ਦੋ ਟਰੈਕਟਰ ਨੇ ਅੱਜ, ਇੱਕ ਆ ਕਾਹਾ, ਇਹ ਤੋਂ ਬਾਅਦ ਨੰਬਰ ਆਊਗਾ ਕਲੱਚ ਦਾ। ਵੈਸੇ ਆਪਣੇ ਉੱਤੇ ਸੀਲ ਲੀਕ ਹੈ ਬਾਬਾ ਜੀ, ਕਿਹੜੀ ਸੀਲ ਲੈਣਾ ਚਾਹੋ? ਅਤੇ ਮਿੱਤਰੋ ਉਹੀ ਕੁਛ ਹੋ ਰਿਹਾ ਜਿਹੜਾ ਕੁਛ ਪਹਿਲਾਂ ਹੋ ਰਿਹਾ ਸੀ, ਅਪਲੋਡ ਹੀ ਨਹੀਂ ਹੋ ਰਿਹਾ, ਪ੍ਰੋਸੈਸਿੰਗ ਸ਼ੁਰੂ ਹੋਈ ਜਾ ਰਹੀ ਹੈ। ਹੁਣ ਦੇਖੋ ਤੁਸੀਂ ਕੀ ਕਹਿਣਾ ਚਾਹੋਗੇ, ਹੁਣ ਤਾਂ ਵਾਈਫਾਈ ਵੀ ਦੁਬਾਰਾ ਤੋਂ ਬਦਲ ਕੇ ਦੇਖ ਲਿਆ। ਓਏ ਕੀ ਆ ਗਿਆ ਦੱਸ, ਬੱਗ? ਕਰ ਮੈਨੇਜਰ ਨੂੰ ਫੋਨ, ਮੇਰੇ ਨੂੰ ਕਰਦਾ, ਯੂਟਿਊਬ ਵਾਲੇ ਨੂੰ ਕਹਿ ਭੈਣ ਜੋ ਅਪਲੋਡ ਨਹੀਂ ਹੋ ਰਹੀ, ਤੂੰ ਕਰ ਹਿੱਲਾ ਕੇ ਕੋਈ, ਐਂ ਥੋੜ੍ਹੀ ਹੁੰਦਾ ਹੁੰਦਾ ਕਿ। ਅਤੇ ਬਾਈ ਬਲੌਗ ਹੋ ਗਿਆ ਆਪਣਾ ਅਪਲੋਡ, ਪਲੀਜ਼ ਦੇਖ ਕੇ ਆਓ ਇਹ ਤੋਂ ਪਹਿਲਾਂ। ਅਤੇ ਇਹ ਸਾਰੇ ਬਾਈ ਸੇਲ 'ਤੇ ਹੋਣੇ, ਅਤੇ ਅਜੇ ਖਬਰ ਆਪਣੀ ਵਾਰੀ ਕਦ ਆਊਗੀ। ਨਾਟਕੇ ਨਾਲ ਲਿਖਾਈ ਫਿਰਦਾ, ਹੋਰ ਮਸ਼ੀਨ ਕੇ ਭਾਲਦਾ ਤੂੰ ਹੈਂ, ਬਾਗੋ ਬਾਗ ਨਾਲ ਦੀ ਨਾਲ ਨਿਬੇੜ ਦੋਗੇ ਤੁਸੀਂ ਕੰਮ, ਹੁਣ ਐਂ ਥੋੜ੍ਹੀ ਹੁੰਦਾ ਯਾਰ, ਹੈਂ ਕਿਵੇਂ KFC ਵਾਲਿਆਂ ਦਾ ਵੀਰ, ਮੈਂ ਨਾ ਚਿਕਨ ਖਾਵਾਂ ਨਾ ਖਵਾਵਾਂ, ਤੂੰ ਨਾ ਗਈ ਤੈਨੂੰ ਕਿਹੜਾ ਕਹਿ ਰਿਹਾ ਨਾ, ਹੱਥ ਤਾਂ ਲਾਉਂਗਾ ਮੈਂ। ਲੈ ਵੀਰੇ ਭੈਣ ਜੋ ਦੁੱਧੀ ਖੇ ਨਹੀਂ ਹੋਏ ਪਹਿਲਾਂ, ਆ ਫੋਨ ਆ ਗਿਆ ਵੀਰੇ, ਜਿੱਡੇ ਜਿੱਡੇ ਟਾਇਰ ਲਾਏ ਹੋਏ ਨੇ ਮਰਜ਼ੀ ਹੈ ਭਰਾ ਦੀ। ਹੋਰ ਵੀਰ ਭਰਾ ਕਾਇਮ ਆ? ਮੈਂ ਪੂਰੇ ਦੱਬੀ ਜਾਂਦੇ ਆ ਕਿੱਲੀ। ਚੱਲ ਵਧੀਆ ਵਧੀਆ, ਦੇਖੋ ਦੀਦੀ ਇੱਕ ਤਾਂ ਯਾਰ ਸਰਵਿਸ ਸੁਰਵਿਸ ਵਗੈਰਾ ਹੋਰ ਵੀ ਆ ਕੁਛ, ਆਹ ਦੋ ਆਹ ਪਹਾੜ ਰੱਖੇ ਨੇ ਲੱਗਦਾ ਵੀ ਇਹ ਤੂੰ ਅਦਾਲਤ 'ਚ ਦਊਗਾ ਕਿਸੇ 'ਚ ਵਿਦ ਪ੍ਰੂਫ, ਨਾ ਯੂਟਿਊਬ ਦੀ ਅਦਾਲਤ 'ਚ ਦਊ ਵਿਦ ਪ੍ਰੂਫ ਕਿ ਏਜੰਸੀ ਵਾਲੇ ਛੇਤੀ ਵੀ ਹੱਥ ਪਾਉਂਦੇ ਮਰਜ਼ੀ ਹੈ ਬਾਈ। ਖਾਸੀਆਂ ਪ੍ਰੋਬਲਮ ਲੱਗਦੀਆਂ ਨੇ, ਇੱਕ ਤਾਂ ਡੀਜ਼ਲ ਸਪਲਾਈ ਨਹੀਂ ਲੋਟ ਹੈਗੀ, ਮੈਂ ਫੋਰਮੈਨ ਨੂੰ ਦੱਸਿਆ ਸੀ ਉਹ ਕਹਿੰਦਾ ਸਪਲਾਈ ਨਹੀਂ ਲੋਟ ਆ, ਅਤੇ ਬਾਕੀ ਦੇਖੋ ਬਣਦਾ ਕੀ ਨਾ। ਫੋਰਮੈਨ ਜੀ ਇਹਦਾ ਵੀ ਚੈੱਕ ਲੀਕ ਹੋ ਗਿਆ, ਇਹਦਾ ਮਤਲਬ ਕਟਾਉਣੇ ਹੀ ਚੈੱਕ ਵੀ ਹੋ ਗਿਆ। ਕਿਆ ਬਾਤ ਹੈ, ਕਿਆ ਬਾਤ ਹੈ, ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਣਦਾ, ਕਿਆ ਬਾਤ ਹੈ, ਜ਼ਮੀਰ ਦੇ ਮਰਨ ਨੂੰ ਗਣਦਾ, ਜ਼ਮੀਰ ਜ਼ਮੀਰ ਦੇ, ਜ਼ਮੀਰ ਕੀ ਹੁੰਦੀ ਹੈ? ਆਹ ਉਰੇ ਇੱਕ ਹੁੰਦੀ ਆ ਜ਼ਮੀਰ, ਅਸੀਂ ਤਾਂ ਵੇਖੀ ਨਹੀਂ ਅੱਜ ਤੱਕ, ਸਾਨੂੰ ਪਤਾ ਹੀ ਨਹੀਂ ਲੱਗਿਆ ਜ਼ਮੀਰ ਕਿਹਨੂੰ ਕਹਿੰਦੇ ਨੇ। ਆਹੀ ਕਿ ਸੋਹਾਂ ਚੱਕ ਕੇ ਵੋਟਾਂ ਕਿਸੇ ਨੂੰ ਪਾ ਦੀਆਂ, ਕਦੇ ਕਦੇ ਉਹ ਜ਼ਮੀਰ ਕਹਿੰਦੇ ਨੇ, ਹੋਰ ਜ਼ਮੀਰ ਇਹ ਹੁੰਦੀ ਆ, ਹੋਰ ਕੀ ਹੁੰਦੀ ਆ, ਹੋਰ ਕੀ ਹੁੰਦਾ ਫਿਰ? ਮਤਲਬ ਇਹ ਜ਼ਮੀਰ ਹੈ, ਹੋਰ ਚਾਰੇ ਟਾਰ ਜਾਮ ਹੁੰਦੇ ਨੇ। ਖਿੱਚ ਕੇ ਮਾਰ ਕੇ ਦੇਖੋ, ਖਿੱਚ ਕੇ ਮ
मित्रों लगी थी भुख मां चल खा के ये कुछ है गुरमन किन्ने को भुख लगी है बहुत ਤਾਂ ਕਿਹਾ ਬਾਈ ਨੂੰ 1000-2000 ਬਰਗਰ ਬਣਾ ਦੇ ਅਸੀਂ ਇੰਨੇ ਰੱਜ ਲਾਂਗੇ ਐ ਟੋਚਣ ਵਾਲੇ ਰੁੱਕ ਦੇ ਰੱਖੀ ਐ ਪਾ ਦਿੰਦੇ ਟੋਚਣ ਦੇ ਆਪਾਂ ਦੇਖ ਲਓ ਬਾਈ 3 ਵਜ ਗਏ ਹਾਲੇ ਤੱਕ ਆਪਣੇ ਨਾਲ ਤਾਂ ਲੱਗੇ ਨੀ ਇੰਨੇ ਮੈਂ ਆਪਾਂ ਮੈਂ ਚੱਲ 50-75 ਦੇਖ ਲਈਏ ਲੈ ਜਾ ਚਾਬੀ ट्रैक्टर का बहुत बड़ा बनाया 18-4-30 इधर खड़ा CRD चलो देखिए चलते हैं धक्के लाने और मैं देख लो मर्जी है थोड़ी ट्रैक्टर का नहीं पाड़िया चल जू देख रहे हाथ वीडियो रिकॉर्ड है मेरे लिए चलू है ना नहीं नहीं मेरी गल सुन ला बगैर चलना तो कोई चीज आती ही नहीं कि बगैर चलन तो चीज आ देख करके लो जी मित्रो पटियाले आ गए चलो ऐसी पटियाले जा रहे हैं रास्ते चो सुखनी साहब मित्रो बाई लवे आ गए स्टिका कराइए मारे जे त्यार वहां लो जी मेरे मित्रो कह दे मिलो मुंडे नू इधर देख प्रदीप दिया लो जी मित्रों हो रही है टेपिंग लगू मैं लगता टाइम इधर भाई जी फोन आ चुका है जो लो जी मित्रों हां जी भाई जी स्टिकर वाले बिल बता आ गए थे हुण इत्थे करदे आपां भाई ब्लॉग दा एंड मिलते हैं हम आप होर कोई नवे ब्लॉग के थैंक यू।